ਜੀ ਕੀ ਹਾਲ ਆ ਸਾਰੇ ਵੀਰਾਂ ਦਾ? ਹੋਰ ਕੀ ਬੰਦਾ ਕਰਦਾ ਮੇਰੇ ਤੂੰ ਇੱਥੇ ਬਾਥਰੂਮ ਸੈੱਟ ਆ ਭਾਈ ਸਾਰੇ ਵੀਰ ਭੈਣ ਭਰਾਵਾਂ ਦੇ ਭੈਣ ਕਿੱਧਰ ਆ ਗਈ ਵਿੱਚ? ਚਲ ਕੋਈ ਨਾ, ਅਤੇ ਲਓ ਬਾਈ ਕਰਦੇ ਹਾਂ ਲਓ ਦੀ ਸਟਾਰਟਿੰਗ ਹੋਵੇ, ਠੀਕ ਹੈ? ਅਤੇ ਬਾਹਰ ਪੈਂਦਾ ਮੀਂਹ, ਸਭ ਤੋਂ ਪਹਿਲਾਂ ਸਾਨੂੰ ਦਿਖਾਈ ਉਹ ਦੇਖੋ, ਹਲਕੀ 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 ਹੋ ਰਹੀ ਆ ਬਾਰਿਸ਼ ਕਹਿੰਦੇ। ਚਲ ਕੋਈ ਨਾ, ਆਪਾਂ ਕਿਹੜਾ ਉੱਠਣਾ ਹਜੇ, ਦਮਣੀ ਹੈ ਨਹੀਂ ਵੀ ਰਾਤ ਸੱਚ ਵੀਡੀਓ ਲਾਉਣੀ ਭੁੱਲ ਗਏ ਰਹਿ ਨਾ, ਅਤੇ ਉਹ ਵਿਆਹ 'ਤੇ ਸੀਗਾ, ਇਕੱਲੇ ਸੀਗੇ ਆਪਾਂ। ਚਲੋ ਕੋਈ ਨਾ, ਚਾਹ ਚੂ ਆਈ ਪਈ ਆ, ਪੀਂਦੇ ਹਾਂ ਚਾਹ ਚੂ, ਅਤੇ ਉਦੋਂ ਬਾਅਦ ਦੇਖਦੇ ਹਾਂ ਉੱਠ ਕੇ ਕੀ ਬਣਦਾ ਹੈਗਾ ਭਾਈ। ਉੱਠੀਏ, ਚਾਹ ਚੂ ਅੱਜ ਵੀ ਅੱਧ ਜੀ ਛੱਡਤੀ ਬਈ, ਠੀਕ ਹੈ ਕਰਾਵਾਂ ਜਾ ਆਵਾਂ, ਥੋੜ੍ਹਾ ਜਿਹਾ ਕੰਮ ਅੱਧੇ ਘੰਟੇ 40 ਮਿੰਟਾਂ ਦਾ ਹੀ ਹੈ, ਕੋਈ ਬਾਹਲਾ ਨਹੀਂ ਗਾ। ਮੀਂਹ ਤਾਂ ਨਹੀਂ ਆ ਜਾਂਦਾ, ਠੰਡ ਬਹੁਤ ਹੋਈ ਪਈ ਆ, ਪਰ ਚਲੋ ਕੋਈ ਨਾ, ਪਹਿਲਾਂ ਕੋਈ ਲਾਈਟ ਲੂਟ ਨਹੀਂ ਬੰਦ ਕਰਨਾ, ਪਹਿਲਾਂ ਆਪਾਂ ਚੱਲਦੇ ਹੈਗੇ ਥੋੜ੍ਹਾ ਜਿਹਾ। ਆਹ ਕੂਤਰ ਕਿਤੇ ਜਾਂਦਾ ਨਵਾਂ, ਗੋਲਾ ਕਿੱਡਾ ਸੋਹਣਾ ਬੱਚਾ ਹੋਣਾ, ਚਲੋ ਕਿਸੇ ਦਾ ਛੱਡੋ, ਚੱਲਦੇ ਹਾਂ ਬਈ ਯਾਰ, ਆ ਕੇ ਵੀਡੀਓ ਲਾਵਾਂ ਕਰਾਂ, ਹੈ ਨਾ ਟਾਈਮ ਬਹੁਤ ਹੋਗਾ, ਲੇਟ ਹੋ ਗਏ ਭੈਣ ਦੇ ਯਾਰ ਦੀਆਂ, ਤੜਕੋ ਤੜਕੀ ਕਹਿੰਦਾ ਟੱਪਣੀਆਂ ਪਈ ਜਾਂਦੀਆਂ। ਇੱਕ ਮਿੰਟ ਯਾਰ ਟੱਪ ਜਾ, ਮੈਂ ਇੱਧਰ ਦੀ ਪਰਾਂ ਨਾਲ ਜਿੰਦਾ ਲੱਗ ਗਿਆ ਬਾਹਰੋਂ, ਪਤਾ ਨਹੀਂ ਕਿਹੜੇ ਹਿਸਾਬ 'ਤੇ। ਚੱਲ ਪਏ ਘਰ ਨੂੰ ਪਏ, ਠੀਕ ਹੈ ਆ ਗਏ ਆਪਣੇ ਖੇਤਾਂ ਕੋਲ, ਬਸ ਖੇਤਾਂ ਕੋਲ ਕੀ ਲੰਘ ਗਏ ਪਿੰਡ 'ਚ ਹੀ ਆ ਗਏ ਹਿਸਾਬ ਦੇ, ਅੱਖ 'ਚ ਪਤਾ ਨਹੀਂ ਕੀ ਪਏ ਆ ਗਏ ਘਰ, ਠੀਕ ਹੈ। ਅਤੇ ਇਹ ਹੈਗਾ ਬਾਬਿਓ ਗਿਫਟ, ਠੀਕ ਹੈ, ਗਿਫਟ ਗੁਫਟ ਨਾ ਸਮਝਿਓ ਭਰਾਵੋ, ਕਿਤੇ ਗਲਤ ਰੇਂਜ ਖਿੱਚ ਜਿਓ, ਇਹ ਬਰਥਡੇ ਗਿਫਟ ਆਇਆ। ਅਤੇ ਇੱਕ ਮਿੰਟ ਬਾਹਰ ਖੋਲੀਏ ਪਹਿਲਾਂ ਤਾਂ, ਮੈਨੂੰ ਵੀ ਨਹੀਂ ਪਤਾ ਵਿੱਚ ਕੀ ਆ ਬਈ, ਹੈ ਨਾ ਕੀ ਹਿਸਾਬ ਕਿਤਾਬ ਹੈ। ਅਤੇ 8 ਦਸੰਬਰ ਨੂੰ ਆਪਣਾ ਬਰਥਡੇ ਹੈ, ਉਹਦਾ ਕਹਿੰਦੇ ਹੁੰਦੇ ਹੈਪੀ ਬਰਥਡੇ ਹੈ, 8 ਦਸੰਬਰ ਨੂੰ ਆਪਣਾ ਬਰਥਡੇ ਹੈ, ਠੀਕ ਹੈ ਕਿ ਨਹੀਂ, ਦੇਖੀਏ ਕੀ ਹੈ ਇਹਦੇ 'ਚ, ਤੁਹਾਡੇ ਸਾਹਮਣੇ ਅਨਬੋਕਸਿੰਗ ਕਰੀਏ ਕਿ ਨਹੀਂ, ਉਹ ਦੂਜੇ ਪਾਸੇ ਕੀ ਲਿਖਿਆ ਮੈਨੂੰ ਦੇਖ ਲੈਣ ਦੇ ਇੱਕ ਮਿੰਟ। ਓਕੇ, ਹੈਪੀ ਬਰਥਡੇ ਲਿਖਿਆ ਸਿਰਫ, ਜਲਦੀ ਜਲਦੀ ਜੋ ਬਣਾਇਆ ਲੱਗਦਾ, ਨਾਮ ਵੀ ਨਹੀਂ ਲਿਖਿਆ ਇੱਥੇ ਮੇਰਾ, ਚਲੋ ਕੋਈ ਗੱਲ ਨਹੀਂ। ਓਕੇ ਆ ਬਈ, ਗਿਫਟ ਗਿਫਟ ਹੀ ਹੁੰਦਾ ਹੈਗਾ, ਠੀਕ ਹੈ ਕਿ ਨਹੀਂ, ਗਿਫਟ ਨੂੰ ਅਸੀਂ ਸੀਨੇ ਨਾਲ ਲਾਏ ਰੱਖਦੇ ਹੈਗੇ। ਅਤੇ ਓਕੇ ਰਿਪੋਰਟ ਬਈ, ਹੈ ਨਾ 8 ਦਸੰਬਰ ਨੂੰ ਆਇਆ ਬਾਬੇ ਆਪਣਾ ਜਨਮ ਦਿਵਸ, ਠੀਕ ਹੈ, ਦਿਨ ਹੁੰਦਾ ਦਿਵਸ ਦਾ, ਵੱਡੀ ਜੀ ਲੈਗਾ ਥੋੜ੍ਹੀ, ਕਿਹਾ ਨਾ ਅਰੇਂਜ ਮੈਂ ਬਸ ਨਾ, ਹੋਰ ਚਾਹ ਪੀ ਲਈ ਸੱਚ ਆਪਣੀ, ਉਹ ਚਾਹ ਰਹੇਗੀ ਬਈ। ਲਓ ਜੀ, ਅਤੇ ਇੱਧਰ ਇਹਨਾਂ ਨੂੰ ਦਾਣੇ ਪਾ ਦਈਏ, ਫਿਰ ਬੱਚਿਆਂ ਨੂੰ ਬਾਹਰ ਕੱਢਾਂਗੇ ਨਾ, ਉਹਨੂੰ ਐਂ ਪਹਿਲਾਂ ਰੱਜ ਜਾਣ, ਬੱਚੇ ਦਾਣੇ ਦੂਣੇ ਖਾ ਕੇ ਡੱਕ ਲੈਣਗੇ, ਅਤੇ ਉਹ ਤੋਂ ਬਾਅਦ ਬਾਹਰ ਕੱਢ ਦਿਆਂਗੇ। ਓਹੋ, ਪਲੇਟ ਪਲੂਟ ਵਾਲੀ ਖਰਾਬ ਹੋਈ ਪਈ, ਇੱਕ ਮਿੰਟ ਬਈ। ਓ ਬਈ, ਅਤੇ ਮੈਂ ਬੱਚੇ ਬਾਹਰ ਭਾ ਦਈਏ ਇੱਧਰਲੇ, ਹੈ ਨਾ ਕੱਢ ਕੇ, ਕਾਫੀ ਦਿਨ ਹੋ ਗਏ ਸੀ ਬਾਹਰ ਨਹੀਂ ਕੱਢੇ ਸੀ, ਅੱਜ ਛੱਡ ਦਿੰਦੇ ਹਾਂ, ਇੱਕ ਮਿੰਟ। ਬਾਇਆ 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 ਬਾਇਆ, ਪਿੰਜਰੇ 'ਤੇ ਬਹਿ ਜਾ ਕੇ, ਚਲੋ ਕੋਈ ਨਾ ਬਈ, ਦਮਣੀ ਵੀ ਆ ਗਿਆ। ਅਤੇ ਛੋਟੇ ਬੱਚੇ ਜੇ ਬਾਹਰ ਪਾਉਣਾ ਥੋੜ੍ਹਾ ਜਿਹਾ ਟਾਈਮ, ਅਤੇ ਉਦੋਂ ਬਾਅਦ ਸ਼ਾਇਦ ਖੁਰਾਕ ਲੈ ਕੇ ਆ ਗਏ ਸੀ ਡੱਬ ਵਾਲੀ ਜਾ ਕੇ, ਅਤੇ ਆਹ ਮੁੰਡਾ ਮਾੜਾ ਦੇਈ ਮੈਨੂੰ ਬੱਚਾ, ਅਤੇ ਆਹ ਫੜੀ ਤੂੰ ਬਈ, ਨਵਾਂ ਤਰੀਕਾ ਕੀਤਾ ਹੈ ਨਾ ਬੱਚੇ ਅੱਡੇ ਲਵਾਉਣ ਦਾ, ਆਹ ਦੇਖ ਇੱਧਰੋਂ ਪਾਏ ਪਾਏ ਖੰਭਾਂ 'ਤੇ ਚੇਪੀ ਲਾ ਤੀ ਬਈ, ਹੁਣ ਉੱਡਦੇ ਨਹੀਂ ਬਾਹਲੀ, ਅੱਚ ਵੀ ਜੀ ਨਹੀਂ ਕਰਦੇ, ਉੱਡਣਗੇ ਤਾਂ ਐਂ ਡਿੱਗ ਪੈਣਗੇ, ਅਤੇ ਛਤਰਾਂ ਦੇ ਪੱਕੇ ਹੋ ਜਾਣਗੇ, ਠੀਕ ਨਹੀਂ, ਆਹ ਦੇਖੋ ਜੇ ਅੱਜ ਟਰਾਲੀ ਨਾ ਸਾਡਾ ਵਿਜ਼ਨ ਬਲੌਕ ਕਰਦੀ ਸੀ ਇੱਥੋਂ ਨਾ, ਵਿੰਡੋ 'ਚੋਂ ਸਾਹਮਣੇ ਵੀ ਕੌਣ ਆਉਂਦਾ ਕੌਣ ਨਹੀਂ, ਤਾਂ ਕਰਕੇ ਵੀ ਉਹਨੇ ਇੱਕ ਪਾਸੇ ਕਰਕੇ ਲਾਉਣੇ ਹੈਗੇ, ਬਾਕੀ ਬੱਚੇ ਛੋਟੇ ਬਾਹਰ ਕੇ ਛੱਤਰੀ 'ਤੇ, ਇੱਕ ਤਾਂ ਉਹ ਬੈਠੇ, 4 ਖੁੱਲ੍ਹੇ, ਇੱਕ ਖੁੱਲ੍ਹਾ ਤਾਂ ਵਾਲੀ ਛੱਤਰੀ 'ਤੇ ਬੈਠਾ ਹੈਗਾ, ਠੀਕ ਹੈ, ਆਉਣ ਦਾ ਜਮਾਂ ਸਹੀ ਹੈ, ਇੱਕ ਨੰਬਰ ਆ ਜਾਵਾਂ, ਫਿਰ ਬਈ ਖੁਰਾਕ ਲੈਣ ਚੱਲਦੇ ਹਾਂ ਡੱਬ ਵਾਲੀ ਅੱਜ ਕਬੂਤਰਾਂ ਵਾਸਤੇ, ਹੌਲੀ ਹੌਲੀ ਬਸ ਬਸ ਸਰਾ ਲਾ ਗਈ ਫਿਰੋ। ਅਤੇ ਬੱਚੇ ਬੁੱਚੇ ਤਾਂ ਬਈ ਬਾਹਰ ਬਿਠਾ ਰੱਖਿਆ ਸਾਨੂੰ ਪਤਾ, ਹੈ ਨਾ, ਅਤੇ ਨਵਾਂ ਕੋਈ ਡਾਇਆ ਨਹੀਂ, ਪਰ ਛੋਟੇ ਬੱਚੇ ਬਾਹਰ ਬਿਠਾਏ ਹੈ ਨਾ, ਤਾਂ ਹੀ ਮੈਂ ਡਾਉਣ ਵਾਲਾ ਪੰਗਾ ਹੀ ਲਿੱਤਾ, ਮੈਂ ਕਿਹਾ ਇਹਨਾਂ 'ਚੋਂ ਕੋਈ ਇੱਕ ਅੱਧਾ ਉੱਡੇਗਾ ਤਾਂ ਉਹਦੇ 'ਤੇ ਟਾਈਮ ਪਾਸ ਕਰ ਲਾਂਗੇ। ਅਤੇ ਬਾਕੀ ਯਾਰ ਬਈ ਖੁਰਾਕ ਲੈਣ ਜਾਣੀ ਸੀ ਸੁਬਾਹ ਦੀ, ਰਾਇ ਕਰੀ ਜਾਂਦੇ ਹਾਂ ਤੜਕੇ ਦੀ, ਖੁਰਾਕ ਮੁੱਕ ਗਈ ਕਬੂਤਰਾਂ ਵਾਲੀ, ਹੈ ਨਾ ਯਾਰ, ਅਤੇ ਤੁਹਾਨੂੰ ਪਤਾ ਇਕੱਲੀ ਕਣਕ ਪਾਉਣ ਨੂੰ ਜੀ ਨਹੀਂ ਕਰਦਾ ਬਈ, ਅਤੇ ਇਕੱਲੀ ਕਣਕ ਖਾਂਦੀ ਵੀ ਨਹੀਂ ਕਬੂਤਰ। ਓਏ ਕਰਦੇ ਅੰਦਰ, ਕਰਦੇ ਕਰ, ਸਾਰੇ ਆ ਗਏ ਥੱਲੇ, ਨੀਵਾਂ ਹੋ ਜਾ ਮਾੜਾ ਜਿਹਾ,
ਚੱਲ ਫਿਰ ਲੈ ਬਈ ਐ ਕਰਦਾ ਵੇਖ ਕੇ ਚਲੋ ਬਈ ਯਾਰ ਲਾ ਕੇ ਛੇਤੀ ਛੇਤੀ ਖੁਰਾਕ ਲੈਣ ਚੱਲੀਏ ਯਾਰ ਨਾ ਲੇਟ ਹੋ ਗਏ ਕਿਉਂ ਅੱਜ ਤੈਨੂੰ ਪਤਾ ਤੈਨੂੰ ਸਾਰਾ ਦਿਨ ਆਪਾਂ ਮੈਂ ਤੜਕੇ ਆਈ ਸੁਜੀ ਖੁਰਾਕ ਹੀ ਲੈ ਕੇ ਆਵਾਂਗੇ ਆਹ ਦਿਨ ਖੁਰਾਕ ਵਾਸਤੇ ਕੀਤਾ ਆਪਾਂ ਸਾਰਾ ਵੇਸਟ ਆ ਜਾਣਾ ਹਾਂ ਹੈ ਚੱਲ ਚੱਲਦੇ ਆ ਚੱਲ ਗਏ ਬਸ ਇਹਨੂੰ ਲਾ ਲਾ ਬਈ ਤੂੰ ਤਾਂ ਦਿਨੇ ਕਾਰ ਤੇ ਜਾਣਾ ਕਿ ਮੋਟਰਸਾਈਕਲ ਤੇ ਜਾਣਾ ਠੀਕ ਹੈ ਕਾਰ ਤੇ ਚੱਲਾਂਗੇ ਕਾਰ ਤੇ ਕਬੂਤਰਾਂ ਦੀ ਬੇਅਦ ਵੀ ਕਰ ਲਾ ਗਿਆ ਮੇਰਾ ਸਾਲਾ ਚਲੋ ਕੋਈ ਨਾ ਖੜ ਜੋ ਮੈਂ ਬਹੁਤ ਇੰਨੇ ਕਹਿੰਦਾ ਨੂੰ ਬਾਕੀ ਕੱਲ ਨੂੰ ਸੁਬਾਹ ਪਾ ਦਿਆਂਗੇ ਟਾਈਮ ਲਾ ਕੇ ਲੋਕ ਲਾ ਚੱਲੀਏ ਚਾਬੀ ਲੈ ਜਾਂਦਾ ਵੀ ਨੀ ਹੋਈ ਚਲੋ ਬਾਈ ਯਾਰ ਬਾਈ ਚੱਲ ਪਏ ਪਹਿਲਾਂ ਜਦੋਂ ਤੁਹਾਨੂੰ ਪਤਾ ਪਿਛਲੇ ਦੇ ਖੁਰਾਕ ਲੈਣ ਗਏ ਆ ਉਦੋਂ ਆਪਾਂ ਮੋਟਰਸਾਈਕਲ ਤੇ ਦਿੱਲੀ ਜਾ ਵੜੇ ਸੀਗੇ ਹੁਣ ਥੋੜਾ ਸੰਦ ਅਪਗ੍ਰੇਡ ਆ ਸਾਡੇ ਕੋਲੇ ਤਾਂ ਕਰਕੇ ਹੁਣ ਦੁਬਈ ਜਾਂਦੇ ਆ ਅਸੀਂ ਹੁਣ ਦੁਬਈ ਜਾਵਾਂਗੇ ਇਹ ਸਮੁੰਦਰ ਤੇ ਉੱਧੀ ਆਊਗੀ ਖੇਡਦੀ ਇਹ ਦੂਜੀ ਆਏ ਪਾਣੀ ਤਰਨ ਵਾਲੀ ਪਾਣੀ ਵਾਲੀ ਇਹ ਆਹ ਕਿਹੜਾ ਸੜੀ ਜਿਵੇਂ ਲੈ ਜਾਂਦਾ ਮਰੂ ਉੱਤੇ ਚੜਾ ਇਹਨਾਂ ਦੇ ਊਂ ਨਹੀਂ ਮਾਣ ਹੁੰਦੇ ਆਪਾਂ ਸਾਈਕਲ ਤੇ ਬੈਠੇ ਵੀ ਚੱਲ ਗਏ ਚਲੋ ਬਾਈ ਹੁਣ ਉੱਥੇ ਬਸ ਸਮਾਨ ਸਮੂਹ ਲੈ ਕੇ ਛੇਤੀ ਮੁੜਨਾ ਕਾਲ ਜੀ ਯਾਰ ਤੁਹਾਨੂੰ ਸਹੀ ਦੱਸ ਸਕਦਾ ਹੈਲੋ ਬਾਈ ਤੇ ਇੱਕ ਮਿੰਟ ਕੋਈ ਨਾ ਇਹ ਤਾਂ ਕਿਸੇ ਨੇ ਮੰਗਾਇਆ ਸੀ ਸਮਾਨ ਥੋੜਾ ਜਾ ਆ ਗਈ ਬਈ ਸਾਹਮਣੇ ਪੁਲਿਸ ਵਾਲਾ ਖੜਾ ਥੜੇ ਥੱਲੇ ਕਰਨ ਗਈ ਕੁਛ ਨਹੀਂ ਹੁੰਦਾ ਜਾਣ ਦੇ ਚਲੋ ਬਈ ਝਾਕੀ ਨੀ ਉਹਨਾਂ ਕੋਲ ਕੱਚਾ ਸੀ ਕਰਦਾ ਸੀ ਰੁਕਣ ਦੀ ਇੱਕ ਕਰਦਾ ਸੀ ਨਾ ਨਹੀਂ ਥੋੜੀ ਅੱਗੇ ਆਓ ਜਾ ਕੇ ਜਿਹੜੀ ਤੂੰ ਬਾਬੇ ਸਮਾਨ ਲੈ ਕੇ ਆਉਣਾ ਉਹਨਾਂ ਨੇ ਪੱਕੀ ਦੁਕਾਨਾ ਬਈ ਸਾਡੀ ਵਧੀਆ ਰੇਟ ਹੁੰਦਾ ਸਹੀ ਸਾਫ ਸਹੀ ਇੱਕ ਨੰਬਰ ਹੁੰਦਾ ਉਹਦੇ ਕੋਲੇ ਜੇ ਸਮਾਨ ਹੋਇਆ ਤਾਂ ਆਪਣਾ ਹੋਊਗਾ ਵੀ ਉਹਦੇ ਕੋਲੇ ਉਦੋਂ ਆਪਾਂ ਸਾਰਾ ਤਾਂ ਉਹ ਡੱਬਲ ਹੀ ਗਾਹਤਾ ਸੀ ਉਦੋਂ ਆਪਾਂ ਨੂੰ ਮਿਲਿਆ ਨਹੀਂ ਮੁੜ ਕੁੜ ਕੇ ਬੋਤੀ ਬੋਰਡ ਥੱਲੇ ਇਹਦੇ ਕੋਲੇ ਫੇਰ ਆਉਣਾ ਪਿਆ ਨਹੀਂ ਸੀਸਿਆਂ ਜਿਹਾ ਲਿਆ ਇੱਥੇ ਹੀ ਕਿਤੇ ਹਾਂ 15 ਕਿਲੋ ਬੰਦਾ ਬਾਜਰਾ ਬਾਜਰਾ 25 ਕਿਲੋ ਕਰਨਾ ਜੀ ਆਪਾਂ ਹਾਂ ਨਵਾਂ ਪੈਕ ਗੱਟਾ ਖੋਲਿਆ ਆ ਮੂੰਗੀ ਹੋ ਗਈ ਕਿੰਨੀ ਸੀ ਮੂੰਗੀ 4 ਕਿਲੋ ਮੂੰਗੀ 4 ਕਿਲੋ ਦਿਖਾ ਦੇ ਹੈ ਸਵਾਜ ਦੇ ਨਾ ਕੀ ਕੱਲੀ ਕੱਲ ਦਿਖਾਉਣੀ ਹੈ ਇੱਕ ਨੰਬਰ ਮੂੰਗੀ ਆ ਬਾਹਰ ਨਾ ਡੋ ਕੋਈ ਨਾ ਆਪਣੀ ਦੇਖੀ ਮੈਂ ਦੁਲੀ ਕੋਈ ਨਾ ਓਕੇ ਰੱਖੋ ਆਲਸੀ ਆਲਸੀ ਤੇ ਤਾਰਾ ਮੀਰਾ ਨਹੀਂ ਵੇਖਿਆ ਮੈਂ ਕਿਹੋ ਜਾਂਦਾ ਉਹ ਪਹਿਲੀ ਵਾਰੀ ਦੇਖਾਂਗੇ ਆਲਸੀ ਤੇ ਤਾਰਾ ਮੀਰਾ ਨਹੀਂ ਵੇਖਿਆ 4 ਕਿਲੋ ਛੱਡ ਦੇ ਇਹ ਲਊਗੀ ਅੱਜ ਚੰਗੇ ਪੈਸੇ ਲੱਗ ਜਾਵਾਂਗੇ ਕਬੂਤਰਾਂ ਦੀ ਖੁਰਾਕ ਤੇ ਚੰਗੇ ਪਾਸੇ ਹਨਾ ਫੇਰ ਹੀ ਉੱਡਣਗੇ ਬਈ ਨਹੀਂ ਨਹੀਂ 25 ਕਿਲੋ 25 ਕਿਲੋ ਬਾਜਰਾ ਵਧੀਆ ਹਨਾ ਇਹ ਹੁਣ ਹੁਣ ਬਾਜਰਾ ਬਹੁਤ ਵਧੀਆ ਹੈ ਆਲਸੀ ਆਲਸੀ ਵੀ ਦਿਖਾ ਦੇ ਇਹਨੂੰ ਨਾ ਡੋਲੀ ਬਾ ਮਹਿੰਗੀ ਵਾਲੀ ਹੈ ਭੈਣ ਨਹੀਂ ਹਾਏ ਹਾਏ ਨਰਾ ਤੇਗਲੀ ਆ ਓਏ ਫੰਗ ਵੀ ਖਿਉਂਦੇ ਇਹਨਾਂ ਦੇ ਨਾਲ ਜਾਨਵਰਾਂ ਦੇ ਕਬੂਤਰਾਂ ਦੇ ਆਇਓ ਆਲਸੀ ਵੀ ਹੋ ਤਾਰਾ ਮੀਰਾ ਹੀ ਦੇਣੇ ਕਿਹੋ ਜਿਹਾ ਹੁੰਦਾ ਲਓ ਬਈ ਸਮਾਨ ਐਤ ਕੀ ਚੰਗਾ ਹੀ ਲੈ ਕੇ ਜਾਂਦੇ ਹੋ ਗਏ ਛੋਲੇ ਬਰੀਕ ਦੇਸੀ ਛੋਲੇ ਤੋਲੇ ਕਿ ਤੋਲਣੇ ਤੋਲਤੇ ਹੋਣਗੇ ਇਹਨੂੰ ਇਹਦੇ ਵਿੱਚ ਹੀ ਰੱਖ ਦੇ ਕੋਈ ਗੱਲ ਨਹੀਂ ਵਿੱਚ ਰੱਖ ਦੇ ਇਹ ਹੋ ਗਈ 4 ਕਿਲੋ ਹੈ ਛੋਲੇ ਹੋ ਗਏ 15 ਕਿਲੋ ਸਾਰਾ ਸਮਾਨ ਪੂਰਾ ਲਾ ਮੁੰਡਿਆਂ ਵਿੱਚ ਵੀਡੀਓ ਆ ਗਈ ਤੇਰੀ ਯੂ ਆਰ ਇਨ ਯੂਟਿਊਬ ਦੇ ਵਿੱਚ ਆ ਗਿਆ ਤੂੰ ਹੁਣ ਯੂਟਿਊਬ ਤੇ ਮੁੰਡਾ ਓਕੇ ਹੋ ਗਿਆ ਸਮਾਨ ਓਕੇ ਸਾਰਾ ਹਮਾਰਾ ਆ ਗਿਆ ਚਲੋ ਬਾਬਿਓ ਚਲੋ ਸਮਾਨ ਹੋ ਗਿਆ ਬਹੁਤ ਕਾਕੇ ਪਾਸਿਓ ਥੱਲੇ ਨਾ ਜੀ ਸਾਡੇ ਇਹਨੂੰ ਵੀ ਰੱਖ ਬਾਈ ਬਣੇ ਯਾਰ ਬਚਾ ਕੇ ਜੀ ਇੱਥੇ ਰੱਖ ਲਓ ਬਈ ਹੈਂ ਮੱਕੀ ਰਹੀ ਬਾਕੀ ਸਾਰਾ ਸਮਾਨ ਲੈਣਾ ਨਾ ਆਪਾਂ ਤੇ ਚੱਲੀਏ ਫਿਰ ਖੜ ਜਾ ਹੈਂ ਹੁਣ ਆ ਗਏ ਦਾ ਨਹੀਂ 4:32 ਹੋ ਗਏ ਹਾਂ ਮੈਂ ਚੱਲਦੇ ਆ ਬਈ ਪਿੰਡ ਓਪਨ ਡਾਕੇ ਨੇ ਸ਼ਹਿਰ ਡੱਬ ਵਾਲੀ ਡਬਈ ਠੀਕ ਹੈ ਹੋ ਬ੍ਰੋ 3000 ਰੁਪਇਆ ਇੱਥੇ ਦੇਤਾ ਹਜੇ ਮੱਕੀ ਲੈਣੀ ਹੈ ਕੋਈ ਚੱਕਰ ਨਹੀਂ ਆਪਣੀ ਖੁਰਾਕ ਥੋੜ੍ਹੀ ਜਿਹੀ 3500-4000 'ਚ ਬਣ ਜੂਗੀ ਵਿੱਚ ਅਸੀਂ ਕਰਸੀ ਵੀ ਕਰਨ ਲੱਗ ਗਏ ਹੁਣ ਆਪਦੇ ਤਾਂ ਵੱਧ ਖਰਚ ਦੇ ਕਬੂਤਰਾਂ ਦੇ ਹੁਣ ਸੋਚ ਕੇ ਖਰਚ ਦੇ ਮਾੜੀ ਨੀਤ ਹੋ ਗਈ ਬਾਬੇ ਸਾਨੂੰ ਸਾਡੀ
ਗਾਂ ਟੱਪ ਗਈ ਥੋੜਾ ਜਿਹਾ ਜੀ ਗੱਲਾਂ ਬਾਤਾਂ ਚ ਮੁੜਨਾ ਪਿੱਛੇ ਸੀਗਾ ਇੱਕ ਆਪਣੇ ਇਧਰ ਉਹ ਬੇਲੀ ਦਾ ਘਰ ਆ ਗਿਆ ਵੀਡੀਓ ਦੇਖੂਗਾ ਤਾਂ ਕਮੈਂਟ ਕਰ ਦੂਗਾ ਪਤਾ ਲੱਗ ਜੂਗਾ ਠੀਕ ਹੈ ਕਿ ਨਹੀਂ ਸ਼ਾਇਦ ਮੇ ਬੀ ਬਾਪੂ ਯਾਰ ਮਿੱਤਰਾਂ ਸ਼ਾਇਦ ਆਪਣਾ ਉਹਦਾ ਹੀ ਘਰ ਹੈ ਲੰਬੀ ਵਾਲੇ ਸੁਖਮੰਦਰ ਦਾ ਹਨਾ ਵੱਡਾ ਬਾਈ ਆਪਣੇ ਤੋਂ ਸੀਨੀਅਰ ਹੈ ਤੇ ਕਾਫੀ ਵਾਰੀ ਆਖਿਆ ਕਹਿੰਦਾ ਆ ਕੇ ਜਾ ਉਹ ਗੇੜਾ ਮਾਰ ਕੇ ਮਿਲ ਕੇ ਜਾ ਕਬੂਤਰ ਦੇਖ ਕੇ ਬਸ ਆਪਣਾ ਟਾਈਮ ਨੀ ਲੱਗਦਾ ਇੱਥੋਂ ਦੀ 20 ਵਾਰੀ ਟਾਪੇ ਨੇ ਦਿਨ ਚ ਪਰ ਉੱਥੇ ਜਾਣ ਦਾ ਸਾਡਾ ਟਾਈਮ ਨੀ ਹੁੰਦਾ ਗਾ ਸ਼ਾਇਦ ਅਸੀਂ ਗੈਸ ਲਾਏ ਵੀ ਉਹ ਘਰ ਹੋਊਗਾ ਕਿਉਂ ਛਤਰੀਆਂ ਲੱਗੀਆਂ ਪਈਆਂ ਸੀਗਾ ਤੇ ਕੋਈ ਨਾ ਵਿਹਲੇ ਟਾਈਮ ਹੋਵੇ ਜਾ ਆਪਣਾ ਕਬੂਤਰ ਕਤਰ ਦਿਖਾਵੇ ਕੀ ਹਿਸਾਬ ਕਿਤਾਬ ਹੌਲੀ ਚੱਲੋ ਭਾਈ ਉਹ ਮੁੜਨਾ ਤਾਂ ਇੱਥੋਂ ਸੀਗਾ ਆਹ ਕਿਹੜੇ ਵੱਲ ਦੇ ਟੱਪ ਗਏ ਮੈਂ ਤੈਨੂੰ ਆਖਿਆ ਸੀ ਲੰਬੀ ਹੈ ਆਪਾਂ ਹੋ ਤੂੰ ਮੁੜਨਾ ਤੈਨੂੰ ਆਖਿਆ ਸੀ ਮੋੜਦਾ ਤੂੰ ਫੋਨ ਚੋਲ ਜੇ ਆਪਾਂ ਗਾਂ ਟੱਪ ਗਏ ਆਹ ਹਾਂ ਮੈਨੂੰ ਐਸੀ ਤੈਨੂੰ ਪਤਾ ਹੋਊਗਾ ਚੱਲ ਕੱਟ ਦੇ ਇੰਡੀਕੇਟਰ ਦੇ ਕੇ ਆਹੋ ਕਿਤੇ ਉਹ ਗਾਂ ਹੈ ਸਾਹਮਣੇ ਉਹ ਨੀਲਾ ਸ਼ੈੱਡ ਜਾ ਉਹ ਸ਼ੋਪ ਮੱਕੀ ਵਾਲੀ ਹਾਂ ਮੱਕੀ ਇੱਥੋਂ ਹੀ ਮਿਲਦੀ ਹੈ ਬਈ ਮੱਕੀ ਇੱਥੋਂ ਹੀ ਲੈਣੀ ਪੈਂਦੀ ਸਾਨੂੰ 35 ਕਿਲੋ ਆਪਾਂ ਲਓ ਬਈ ਆ ਗਿਆ ਦੀ ਗੱਡੀ ਅੰਦਰ ਹੀ ਜੱਟਾਂ ਦੀ ਗਾਣ ਕਰਕੇ ਰੋਕ ਦੇ ਮੈਂ ਕਹਿੰਦਾ ਉੱਥੇ ਸੀਗੀ ਲੋੜੀ ਸਹੀ ਹੈ ਚਲ ਠੀਕ ਹੈ ਓ ਬਈ ਮੱਕੀ ਮੱਕੀ ਪਈ ਹੈ ਕਹਿੰਦੇ ਇੱਥੇ ਕੋਈ ਨਵਾਂ ਜਿਹਾ ਗੱਟਾ ਖਲਾ ਕੇ ਨਾ ਉਹਦੇ 'ਚ ਪਾਵਾਂਗੇ ਠੀਕ ਹੈ ਕਿ ਨਹੀਂ ਮੱਕੀ 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 ਮੱਖ ਖਾਨਾ ਇਹ ਹਾਈ ਬ੍ਰਿਡ ਜੀ ਲੱਗਦੀ ਹੈ ਨਾ ਜਿਹੜੀ ਦੂਜੀ ਹੁੰਦੀ ਹੈ ਚਲੋ ਕੋਈ ਨਾ ਸਹੀ ਆ ਬਸ ਓਕੇ ਆ ਬਸ ਉਹ ਕਰਾ ਕੇ ਗੱਟਾ ਖਲਾਵਾਂਗੇ ਨਵਾਂ ਹਾਂ ਗੱਟਾ ਖਲਾ ਕੇ ਇਹਦੇ ਵਿੱਚ ਪਵਾ ਲਾਂਗੇ 35 ਰੁਪਏ ਐਂ ਮੈਨੂੰ ਤਾਂ ਲੈ ਸੌਲੀ ਹੁੰਦੀ ਹੈ ਬਾਣੀ ਨਾ ਜਾਵੇ ਥੋੜ੍ਹੀ ਕੱਢਣੀ ਪਊ ਗੱਟੇ 'ਚੋਂ ਹੁਣ ਐਂ ਪਾ ਦੇ ਬਸ ਸਾਨੂੰ ਕਿ ਹੈਗਾ 50 ਕਿਲੋ ਦਾ ਪਰ ਹੈ ਨਾ ਗੱਟੇ 'ਚੋਂ ਖਲਾਈਏ ਕਹਿੰਦੇ ਚਾਲ ਚਾਲ ਹੋ ਜੂਗੀ ਕਿ ਨਹੀਂ 35 ਕਿਲੋ ਹਾਂ ਨਹੀਂ ਹੁੰਦੀ ਇਹ ਹੈਗੀ 25 ਕਿਲੋ ਹੈ ਮਸੇ 25 ਤੋਂ 27 ਚਲੋ ਬਈ ਮੱਕੀ ਲੈ ਲਈ ਮੱਕੀ ਲੈ ਲਈ 35 ਕਿਲੋ ਸਮਾਨ ਦੇਖੋ ਨਖਰੇ ਨੁਖਰੇ ਕਿੱਥੇ ਬਸ ਵਾਹਿਗੁਰੂ ਰੱਬ ਦਾ ਨਾਂ ਲਓ ਹੱਥ ਨੀ ਮਿਲਾਇਆ ਪਿਆ ਉਹ ਨਾ ਥੱਲੇ ਦੀ ਨੀ ਕਿਸੇ ਦੇ ਪਿਆ ਗਏ ਜਵਾਕ ਲੱਗਦੇ ਕਿਸੇ ਦਾ ਭੈਣ ਕਹਿੰਦੇ ਮੱਕੀ ਮਹਿੰਗੀ ਪਈ ਆਪਾਂ ਨੂੰ ਲੰਬੀ ਦਾ ਵਿਊ ਮਾਰ ਗਿਆ ਲੋਹੜੀ ਨੀ ਬਸ ਠੀਕ ਆ ਤੇਲ ਨੀ ਪਵਾਉਂਦਾ ਬਾਬੇ ਬਚ ਗਏ ਬਸ ਠੀਕ ਆ ਹੁਣ ਦੇਖੋ ਬਾਦਲ ਸਪੈਸ਼ਲ ਮਾੜਾ ਮੋਟਾ ਖਾਣ ਪੀਣ ਆਏ ਠੀਕ ਹੈ ਕਿ ਨਹੀਂ ਬਸ ਫਿਰ ਪਿੰਡ ਚੱਲਾਂਗੇ ਉਦੋਂ ਬਾਅਦ ਤੇਲ ਹੀ ਬਾਲਦਾ ਉਹਨੇ ਤਾਂ ਖਾਣਾ ਨੀ ਸੀ ਅਜੇ ਇੰਨੀ ਗਰੀਬੀ ਅਸੀਂ ਐਂ ਦੇਖ ਲਓ ਵੀ ਟਾਇਰ ਕਾਰ ਦੇ ਟਾਇਰ 'ਚ ਹਵਾ ਘੱਟ ਸੀਗੀ ਅਸੀਂ ਉਹ ਵੀ ਨਹੀਂ ਪਾਈ ਅਸੀਂ ਉਹ ਵੀ ਕਮੀਤੇ ਤੋਂ ਪਵਾਵਾਂਗੇ ਫ੍ਰੀ ਦੀ ਜਾ ਕੇ ਲਓ ਭਾਈ ਲੈ ਕੇ ਜੀ ਅਸੀਂ ਤੀਆਂ ਤੀਆਂ ਅਰੇ ਬਰਗਰ ਅਤੇ ਸ਼ਾਹ ਬਣੇ ਬੈਠੇ ਕਾਰ 'ਚ ਚੱਲ ਗਏ ਹਵਾ ਕਰਨ ਲੱਗੇ ਰਾਹ 'ਚ ਖੜ ਕੇ ਜੀ ਰੋਕ ਕੇ ਖਾਵਾਂਗੇ ਸੀ ਕਿਆ ਹਾਂ ਬਸ ਚੱਲਦੇ ਦਿਨ ਜਾ ਛਪਾਲ ਗਏ ਬਹੁਤ ਆ ਹੁਣ ਆਪਣੇ ਪਿੰਡ ਵਾਲੇ ਰੋਡ 'ਤੇ ਖੜੇ ਹਾਂ ਬਸ ਅੱਗੇ ਘਰ ਹੀ ਹੈ ਤੋਂ ਬਾਅਦ ਲਓ ਬਾਈ ਅਤੇ ਮੱਕੀ ਤਾਂ ਆਪਾਂ ਬਲਜੀਤ ਕੋਲੇ ਟਰਾਂਸਫਰ ਕਰ ਹੀ ਜਾਂਦੇ ਹਾਂ ਹੈ ਨਾ ਤੇ ਮੁੜ ਕੇ ਇਹ ਸੈੱਟ ਜੀ ਕਰ ਦੂ ਤੋਂ ਬਾਅਦ ਕਰਿਆ ਗਿਆ ਹਾਂ ਤੇ ਉਦੋਂ ਬਾਅਦ ਇਹ ਉਹ ਕਰ ਦੂ ਮਤਲਬ ਦਲ ਦੂਗਾ ਫਿਰ ਆਪਾਂ ਬਸ ਕਰਿਆ ਗਿਆ ਆਪਦਾ ਡਾ ਕੇ ਜੇ ਤੇ ਧੋ ਕੇ ਤੇ ਕੰਮ ਲੈ ਲਾਂਗੇ ਬਸ ਹਨਾ ਕੱਲ ਨੂੰ ਹਾਂ ਮੁੜ ਕੇ ਕੂਤਰ ਨੂੰ ਪਾ ਦਾਂਗੇ ਮੁੜ ਕੇ ਮੁਰੋ ਚੱਕ ਲਾਂਗੇ ਪਾਉਣ ਸਾਰੀ ਵੀ ਖਾ ਨੀ ਦਿੰਦੇ ਬਸ ਲਿਆਂਦੀ ਪਈ ਭਾਈ ਆ ਗਏ ਬਲਜੀਤ ਕੋਲੇ ਤੁਹਾਨੂੰ ਦੱਸਿਆ ਹੀ ਸੀਗਾ ਹਨਾ ਮੱਕੀ ਦਾ ਬਾਜ਼ਾਰ ਤੁਹਾਨੂੰ ਦਿਖਾ ਦਿੰਦੇ ਹਾਂ ਤੁਸੀਂ ਮੰਨਦੇ ਨਹੀਂ ਹੁੰਦੇ ਵੈਸੇ ਤਾਂ ਠੀਕ ਹੈ ਪੜ੍ਹਾਈ ਕਿਵੇਂ ਚੱਲਦੀ ਹੈ ਵੱਡਾ ਹੋ ਗਿਆ ਆਪਾਂ ਉਹ ਬਣਨਾ ਅਫਸਰ ਬਣਨਾ ਚੌੜਨਾ ਚੌੜੀ ਪੜ੍ਹ ਲਿਖ ਕੋਈ ਚੱਕਰ ਨੀ ਮੈਂ ਲਵਾਉਂਗਾ ਤੇ ਨੌਕਰੀ ਤੇ ਚੰਗਾ ਬੇਫਿਕਰ ਹੋਇਆ ਤੂੰ ਬਲਜੀਤ ਦਾ ਕੰਮ ਸਾਰਿਆਂ ਨਾਲੋਂ ਫਾਸਟ ਹੈ ਵੈਸੇ ਹੈ ਨਹੀਂ ਨਹੀਂ ਇੱਥੇ ਰੱਖਿਆ ਆਉਣ ਸਾਰ ਕਹਿੰਦਾ ਆਇਆ ਪਹਿਲਾਂ ਉਹਨੂੰ ਪਤਾ ਸਿਰ ਖਾਈ ਜਾਣ ਪੜ੍ਹਤੀ ਵੀ ਨਹੀਂ ਮੁੜ ਕੇ ਲਾਈਟ ਦੀ ਆ ਵੜਦੀ ਹੈ ਐਂ ਪੂਰਾ ਕੰਮ ਕਰਨਾ ਪੈਂਦਾ ਵੇਖੋ ਇਹ ਫੋਰਮੈਨ ਹਿਸਾਬ ਹੈ ਕੋਟ ਸੂਟ ਬਾਟ ਵੇਖੋ ਉਹ ਗੱਲ ਵੱਖਰੀ ਥੋੜ੍ਹਾ ਜਿਹਾ ਵਾਈਟਨਿੰਗ ਜ਼ਿਆਦਾ ਇੱਥੇ ਕਰਾਤਾ ਕੰਮ ਹੋਰ ਮੋਟੀ ਕਰਦੇ ਹੋਰ ਕਰਦੇ ਕੁਛ ਨਹੀਂ ਹੁੰਦਾ ਕਰਦੇ
ਸਹੀ ਹੈ ਬਸ ਸਹੀ ਹੈ ਨਾ ਇੱਕ ਨੰਬਰ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਰੱਬੇ ਖਾ ਜਾਣ ਜਿਹੜੇ ਮੂੰਹ ਉਹਨਾਂ ਦੇ ਭੈਣਦਿਆਂ ਦੇ ਆਹੋ ਬਈ ਇਹ ਹੁੰਦੀ ਆ ਇਮਾਨਦਾਰੀ ਤੇ ਇੱਕ ਚੰਗੇ ਪਰਸਨ ਦੀ ਨਿਸ਼ਾਨੀ ਠੀਕ ਹੈ 35 ਕਿਲੋ 800 ਗ੍ਰਾਮ ਸੀ ਤੇ ਬਲਜੀਤ ਦੇਈ ਜਾਂਦਾ 36 ਕਿਲੋ 120 ਗ੍ਰਾਮ ਵਾਹ ਬਈ ਵਾਹ ਕੀ ਬਾਤਾਂ ਨੇ ਜਸ਼ਨ ਕੀਆ ਜਾਏ ਇਸ ਬਾਤ ਦੇ लो जी आ गए इधरले घरे तो फोन की बैटरी लुआ बई नले मैं इधर टाइम ना चल गया लाइटा लुटा छड लीए नले फोन चार्ज ला के नाल दी नाल आपां वीडियो भी अपलोड करने की कोशिश करिए यूट्यूब ते थोड़े वास्ते एक मिनट लो बाबे उसने कोई चीज़ विखाईए तो मैनू ना बाबे बहुत चिर का शक पी आता सामने कबूतर बैठा था जिमें देखियो ये और है चुनट पर बैठा यार बुलार हो गया हूँ खड़ जाओ इतों ही देख लो एक मिनट ए वन एक्स दी शायद है ना यार फिर बुलार हो गया पंगा हाँ वह कोठी की चुंड दे बई किधर गया हुए हो सामने बैठा सी यार मैं हूँ कबूतर बच्चा बनया छतरी से मैं क्या पता नहीं कि आप सू पता बाहर गए थे बई तो यार उड्डा उड्ड तो नहीं गा उतो मैं तो लगता देख के कबूतर खड़े हो आ गया बी सामने उड्डा 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 आया 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 हाई 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 बच्चा खिसदा बच्चा ए ए ए ए ए ए ए उलझ गया उलझ गया उलझ गया छतरी भड़काइए एक मिनट आता पंगा ही दवाता बेचारे रात आओ जी इधर कबूतर पा दिए दाने बी ठीक है आयो 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 कली कणक ही आए तो माड़ी मोटी खुराक है जमा एक कौली खुराक की रहेगी सी अज बई तो अज ही खुराक लिया है ना हाँ देखो जमा ममूली जी खुराक रहेगी सी उस बस तो आए तो यार ध्यान रखते हैं कबूतर का यह जी गल तो है नहीं पई यार है ना खुराक मुक्कर नहीं दी ना दी खुराक नवी लिया है पर चलो दूजे पास धरिए बाली पकाई ही ना मरिया करके है ना यार उन्हीं पींग जी पा के बहे ने आप गलों की हट दो आयो 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 काले पीले लाल चीने गोले नीले पीले ढिले सारे आज खालो खालो देखो दे यार लै सू दाने ही लै लैदा सप्प खड़ा को जताई खड़िया कप जे हिसाब से सरजा चकते धीरे दे मुला का छड़न सार तीजे पिंडों भाल के लाने पै कर इधर बच्चों भी पा दिए दाने ठीक है तो आयो 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 कली कणक रहेगी भी आए तो इन्होंने वास्ते कोई ना कल तो खुराक फिर चलू इन्ह की नवा समान आलसी उलसी तारा मीरा भैन दो यार मूंगी तो होर वाधू समान पला रज के खाओ डक के तो बस जो छे भाजी जाना नाल दी नाल खड़ना नहीं किसी ने भी चंगा वैसे खुराक पाई तो माड़ी माड़ी इन्हों एक तो है गर्म तो भैंने खुराक पा के जान च कर देंगे इनू क्ढन वेले कोई हिसाब किताब करना पेगा मोटे दाने तो करके क्ढा तू क्ढे ना बरीक दाने तो भजन गए मोटे दाने डका के क्ढने बहन गए गर्मियों चेरा तो आजो ए आयो 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 खो इधर इन्हों भी पा दिए दाने आयो 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 तो बच्चों छड़ दिए खा लेने के ना ओके एयरपोर्ट पानी पा दें उधर आप होर कुछ विखाने वाला है नहीं हाँ सच भी एक बच्चा मर गया यार जोड़ा वो चुंडे सीगा सच ये चक लें आप हो पास भैन गंदया आ बच्चा मर गया भी अज मैं पता सी मरूगा ये है ना कबूतर नहीं पालिया करके चलो कोई ना कहीं इतने रख दें इन बाद च नप देंगे हाँ जी मेरे वीरो ठीक है बस भी ओके है ना तो कर दी व्लॉग की एंडिंग अच्छ जल्दी तो ओके खुराक खुराक ले आते हैं कबूतर ली आप करा कल खुराक की सैटिंग है ना लाने छेती छेती मुक गई क्यों हमें पता ही है तो जन्मदिन हैगा बी अपना 8 दिसंबर अज ये जो गिफ्ट है कोई फ्रेंड दे गया जी अपना चलो छोड़ो ज़्यादा गलबात नहीं करते गए तो बस बाकी ओके रिपोर्ट सारी है ना सच हाँ भी जो हरे टूसे वाला बच्चा भजे ना वो पिंड लगभग सगा अपना भी किलोमीटर दूर सगा वो पिंड है ना वो शायद मैं दस्या नहीं पहला ही ब्लॉग ब्लू से पता नहीं यार छोड़ो गल मुकी है बस ठीक है तो लव यू भी सारे भरावों है ना आई सपोर्ट बनाई रखो तो बाय बाय।